ਹਾਂਜੀ ਤੇ ਸ਼ੁਕਰ ਅਲਹਮਦੁਲਿਲਾ ਰੱਬਿਲ ਆਲਮੀਨ। ਲੋਕਾਂ ਵਿਚਾਰਿਆਂ ਦੀਆਂ ਅੱਧੀਆਂ ਪਛੱਧੀਆਂ ਕਣਕਾਂ ਜਿਹੜੀਆਂ ਉਹ ਨਿਕਲੀਆਂ ਹੋ ਗਈਆਂ ਵਾ ਨਿਕਲ। ਸਾਡੇ ਨਾਲ ਵਾਲੀ ਕਣਕ ਵੇਖ ਕੇ ਮੇਰਾ ਬਹੁਤਾ ਦਿਲ ਘੱਟਦਾ ਰਹਿੰਦਾ ਸੀਗਾ ਵੀ ਇਹ ਵਿਚਾਰਿਆਂ ਨੇ ਨਹੀਂ ਕੱਢੀ ਤੂੰ ਤੋਂ ਬੱਦਲ ਆ ਗਏ। ਅਤੇ ਸ਼ੁਕਰ ਆ ਇਹਨਾਂ ਨੇ ਕੱਲ੍ਹ ਦੀ ਨਾ ਗਾਹ ਲਈ ਆ, ਗਾਹ ਕੇ ਸਾਡੇ ਨਿਆਣਿਆਂ ਨੂੰ ਦਾਣੇ ਵੀ ਦਿੱਤੇ ਸੀ। ਮੇਰਾ ਤਾਂ ਆਪ ਉਹਨਾਂ ਨਾਲ ਵੇਖ ਕੇ ਦਿਲ ਕਰਨ ਲੱਗ ਪਿਆ ਸੀ ਵੀ ਮੈਂ ਵੀ ਛਾਪਰ ਲੈ ਕੇ ਜਾਵਾਂ, ਚਾਚੂ ਮੈਨੂੰ ਵੀ ਦੇਈ ਦਾਣੇ। ਪਰ ਉਹਦੇ ਬੰਦੇ ਬਹੁਤ ਸੀ ਇਸ ਕਰਕੇ ਵੀ ਮੇਰਾ ਦਿਲ ਨਹੀਂ ਕੀਤਾ, ਨਹੀਂ ਤਾਂ ਮੈਂ ਚੱਲ ਜਾਣਾ ਸੀ। ਮੈਂ ਖੁਦ ਨਿਆਣਿਆਂ ਵਰਗੀ ਹਾਂ ਆਪ, ਭਾਵੇਂ ਮੈਂ ਹਲੇ ਵੱਡੀ ਸਾਰੀ ਹੋ ਗਈ ਪਰ ਜੇਨ ਹਲੇ ਵੀ ਨਿਆਣਿਆਂ ਵਾਲਾ ਹੀ ਆ। ਜੇ ਬਾ ਕੱਲ੍ਹ ਬੰਦੇ ਨਾ ਹੁੰਦੇ ਤਾਂ ਮੈਂ ਵਾਕਈ ਤਸਲਾ ਲੈ ਕੇ ਚੱਲ ਜਾਣਾ ਸੀ ਦਾਣੇ ਲੈਣ, ਆਪੇ ਸ਼ਰਮੋ ਸ਼ਰਮੀ ਦੇ ਹੀ ਦੇਣੇ ਸੀ। ਅਤੇ ਪਰ ਬਚ ਬਚਾਅ ਹੋ ਗਿਆ। ਇਹ ਆ ਵੀ ਮੁਰਗੀਆਂ ਜੋਗੇ ਨਿਆਣਿਆਂ ਨੇ ਲੈਣ ਦੇ ਅਤੇ ਲੋਕ ਹੁਣ ਵਿਚਾਰੇ ਨਾ ਬਾਰਿਸ਼ ਦੇ ਡਰੇ ਹੋਏ ਤੜਾ ਤੜ ਕਣਕ ਕੱਢੀ ਆਉਂਦੇ ਆ, ਭਜਾਈ ਆਉਂਦੇ ਕਣਕ ਨੂੰ। ਹਰ ਪਾਸੇ ਹੁਣ ਤੜਾਂ ਹੀ ਤੜਾਂ ਨਜ਼ਰ ਆਉਂਦੀਆਂ, ਪਰ ਹਲੇ ਸਾਡੇ ਜਿਹੜੇ ਸਾਹਮਣੇ ਘਰ ਆ ਨਾ ਉਹਨਾਂ ਨੇ ਨਹੀਂ ਕੱਢੀ, ਉਹਨਾਂ ਨੇ ਭਰੀਆਂ ਇਕੱਠੀਆਂ ਕਰਕੇ ਸਾਹਮਣੇ ਰੱਖ ਦਿੱਤੀਆਂ। ਹੁਣ ਮੇਰਾ ਦਿਲ ਘੱਟਦਾ ਰਹਿੰਦਾ ਉਹਨਾਂ ਨੂੰ ਵੇਖ ਵੇਖ ਕੇ ਵੀ ਇਹਨਾਂ ਨੇ ਕਦੋਂ ਕੱਢਣੀ, ਵੀ ਬਾਰਿਸ਼ ਆ ਜੂਗੀ ਤੁਸੀਂ ਕੱਢ ਲਵੋ ਪਰ। ਅਤੇ ਅਸੀਂ ਪਕਾ ਰਹੇ ਹਾਂ ਰੋਟੀਆਂ, ਇਹ ਦੇਖੋ ਮੈਂ ਚੱਲ ਬੈਠਿਆ ਬੈਠਿਆ ਮੈਨੂੰ ਗੱਲ ਸੁੱਜੀ, ਮੈਂ ਕਿਹਾ ਚੱਲ ਸੁਣਾ ਹੀ ਦੇਵਾਂ, ਕੁਛ ਆਵਾਮ ਤਾਂ ਅੱਧੀ ਖੁਸ਼ ਹੋ ਜੂਗੀ।